ਆਫਿਸ ਦੇ ਵਿੱਚ ਸ਼ਹੀਦ ਆਜ਼ਮ ਦੇ ਨਾਮ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ, ਕਈ ਜਿਹੜੀਆਂ ਬੱਚੇ ਹੈ ਪੀੜ੍ਹੀਆਂ ਕਿੱਦਾਂ ਕੁਰਬਾਨੀ ਕੀਤੀ, ਕਿੱਥੇ ਕਿੱਥੇ ਜੇਲ੍ਹਾਂ ਚ ਰਹੇ, ਸਾਡੇ ਵਾਲਿਆਂ ਚੋਂ ਨੀ ਪੂਰਿਆਂ ਨੂੰ ਪਤਾ ਕਿ ਕਿੱਥੇ ਕਿੱਥੇ ਹੋਇਆ। ਮੈਨੂੰ ਲੱਗਦਾ ਕਿ ਮੇਰੀ ਬੇਨਤੀ ਹੈ ਮੁਖਾਲੀ ਸਾਹਿਬ ਨੂੰ ਸਾਡੇ ਰਾਹੀਂ ਕਿ ਉਸ ਦਿਨ ਅਗਰ ਪੂਰਾ ਦਿਨ ਜਨਮਦਿਨ 28 ਸਤੰਬਰ ਨੂੰ ਹੁੰਦਾ। 28 ਸਤੰਬਰ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਕੋਰੀਓਗ੍ਰਾਫੀ ਤੇ ਨਾਲ ਨਾਲ ਨਾਟਕ ਉਹਨਾਂ ਦੀ ਜ਼ਿੰਦਗੀ ਬਾਰੇ, ਉਹ ਜਿਹੜਾ ਪੂਰਾ ਦਿਨ ਸ਼ਹੀਦ ਆਜ਼ਮ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਣ ਨੂੰ ਹੋਊਗਾ। ਅੱਜ ਤੋਂ ਨੋਟ ਕਰ ਲਓ, 28 ਸਤੰਬਰ ਹੁੰਦਾ ਜੀ। ਨਹੀਂ ਮੈਂ ਮੁੱਖ ਮੰਤਰੀ